ਮੇ ਤਾਂ ਹੁਣ ਅਜ ਪਿੱਟ ਬੁੱਲ ਆ ਗਿਆ ਜੇ ਮੁੰਨੇ ਤਾਂ ਫੈਟਾਂ ਕਰਨ ਦੇ ਹੋਕਸ ਹੁੰਦਾ ਹਨਾ ਤੇ ਉਹ ਤਾਂ ਥੋੜੇ ਜਿਹਾ ਜੇ ਮੰਨੋ ਜੇ ਮੈਂ ਹੁਣ ਅਮਰੀਕਨ ਬੁੱਲੀ ਆ ਅਸੀਂ ਤਾਂ ਇਹ ਰੱਖਦੇ ਆ ਜਿਮੀ ਫ੍ਰੈਂਡਲੀ ਨੇ ਬੱਚੇ ਵੀ ਸਾਡੇ ਲੱਭੇ ਫਿਰੀ ਜਾਂਦੇ ਨੇ ਕੋਈ ਕੁਛ ਨਹੀਂ ਕਹਿੰਦਾ ਵੀ ਇਹਦੇ ਉੱਤੇ ਮਾੜਾ ਮੋਟਾ ਜਿਵੇਂ ਉਹਨੇ ਬੈਨ ਕਰ ਰਹੇ ਨੇ ਨਾ ਸੋਚ ਵਿਚਾਰ ਕਰਨਾ ਚਾਹੀਦਾ ਵੀ ਇਹ ਤਾਂ ਪੂਰਾ ਫ੍ਰੈਂਡਲੀ ਹੈ ਆਹ ਤੁਹਾਡੇ ਸਾਹਮਣੇ ਸੀ ਆਹ ਫਿਰਦਾ ਵਿੱਚੇ ਫਿਰਦਾ ਤੁਸੀਂ ਵੀ ਸਾਡੇ ਲੱਭੇ ਖੜੇ ਹੋ ਵੀ ਸੁਣ ਤੁਹਾਡੇ ਕਦੇ ਵੀ ਨਹੀਂ ਆ ਰਿਹਾ ਵੀ ਜਮੀ ਆਰਾਮ ਨਾਲ ਫਿਰ ਰਿਹਾ ਕੋਈ ਉਹ ਨਹੀਂ ਬੱਚੇ ਵੀ ਲੱਭੇ ਖੇਡਦੇ ਫਿਰਦੇ ਨੇ ਹੋਰ ਵੀ ਜਿਵੇਂ ਆਪਣੇ ਦੋਸਤ ਮਿੱਤਰ ਆਉਂਦੇ ਨੇ ਸਾਰੇ ਵਧੀਆ ਇਹਦੇ ਨਾਲ ਚੱਕ ਚੱਕ ਫੋਟੋਆਂ ਗੋਦੀ ਚੱਕ ਚੱਕ ਫੋਟੋਆਂ ਕਰਾਉਂਦੇ ਨੇ ਹੋਰ ਕਰਦੇ ਨੇ ਵੀ ਇਹ ਪੂਰਾ ਫ੍ਰੈਂਡਲੀ ਹੈ ਜੀ ਇਹ ਉਹ ਥੋੜਾ ਜਿਹਾ ਹੈਗਾ ਜੀ ਕਿਉਂ ਵਿੱਚ ਲੋਕ ਫੈਟਾਂ ਫੁੱਟਾਂ ਲੱਗਿਆ ਕਰਾਉਣ ਬਾਕੀ ਆਪਦੇ ਪਾਲਣ ਤੇ ਡਿਪੈਂਡ ਆ ਜੇ ਹੁਣ ਅਜੇ ਪਿੱਟ ਬੁੱਲ ਆ ਗਿਆ ਜੇ ਮੁੰਨੇ ਤਾਂ ਫੈਟਾਂ ਕਰਾਉਂਦੇ ਨੇ ਹੋਕਸ ਹੁੰਦਾ ਹਨਾ ਤੇ ਉਹ ਤਾਂ ਥੋੜੇ ਜਿਹੇ ਹਜੇ ਮੰਨੋ ਜਿਵੇਂ ਹੁਣ ਅਮਰੀਕਨ ਬੁੱਲੀ ਹੈ ਅਸੀਂ ਤਾਂ ਇਹ ਰੱਖਦੇ ਹਾਂ ਜਮੀ ਫ੍ਰੈਂਡ ਨੇ ਬੱਚੇ ਵੀ ਸਾਡੇ ਲੱਭੇ ਫਿਰੀ ਜਾਂਦੇ ਨੇ ਕੋਈ ਕੁਛ ਨਹੀਂ ਕਹਿੰਦਾ ਵੀ ਇਹਦੇ ਉੱਤੇ ਮਾੜਾ ਮੋਟਾ ਜਿਵੇਂ ਉਹਨੇ ਬੈਨ ਕਰ ਰਹੇ ਨੇ ਨਾ ਸੋਚ ਵਿਚਾਰ ਕਰਨਾ ਚਾਹੀਦਾ ਵੀ ਇਹ ਤਾਂ ਪੂਰਾ ਫ੍ਰੈਂਡਲੀ ਹੈ ਆਹ ਤੁਹਾਡੇ ਸਾਹਮਣੇ ਸੀ ਆਹ ਫਿਰਦਾ ਵਿੱਚੇ ਫਿਰਦਾ ਤੁਸੀਂ ਵੀ ਸਾਡੇ ਲੱਭੇ ਖੜੇ ਹੋ ਵੀ ਸੁਣ ਤੁਹਾਡੇ ਕਦੇ ਵੀ ਨਹੀਂ ਆ ਰਿਹਾ ਵੀ ਜਮੀ ਆਰਾਮ ਨਾਲ ਫਿਰ ਰਿਹਾ ਕੋਈ ਉਹ ਨਹੀਂ ਬੱਚੇ ਵੀ ਲੱਭੇ ਖੇਡਦੇ ਫਿਰਦੇ ਨੇ ਹੋਰ ਵੀ ਜਿਵੇਂ ਆਪਣੇ ਦੋਸਤ ਮਿੱਤਰ ਆਉਂਦੇ ਨੇ ਸਾਰੇ ਵਧੀਆ ਇਹਦੇ ਨਾਲ ਚੱਕ ਚੱਕ ਫੋਟੋਆਂ ਗੋਦੀ ਚੱਕ ਚੱਕ ਫੋਟੋਆਂ ਕਰਾਉਂਦੇ ਨੇ ਹੋਰ ਕਰਦੇ ਨੇ ਵੀ ਇਹ ਪੂਰਾ ਫ੍ਰੈਂਡਲੀ ਹੈ ਜੀ ਇਹ ਉਹ ਥੋੜਾ ਜਿਹਾ ਹੈਗਾ ਜੀ ਕਿਉਂ ਵਿੱਚ ਲੋਕ ਫੈਟਾਂ ਫੁੱਟਾਂ ਲੱਗਿਆ ਕਰਾਉਣ ਬਾਕੀ ਆਪਦੇ ਪਾਲਣ ਤੇ ਡਿਪੈਂਡ ਆ ਜੇ ਆਪਾਂ ਹੁਣ ਘਰੇ ਪਾਲਦੇ ਹਾਂ ਉਹ ਵੀ ਨਹੀਂ ਕੁਛ ਕਹਿੰਦਾ ਜੀ ਇੱਦਾਂ ਤਾਂ ਕਈ ਤਰ੍ਹਾਂ ਦੇ ਆਪਾਂ ਦੇਖਿਆ ਇਨਸਾਨਾਂ ਦੇ ਪਰਹਾਮਣੇ ਕਰੇ ਨੇ ਉਹ ਇਦਾਂ ਕਹਿੰਦਾ ਜੀ ਜਦੋਂ ਹੁਣ ਇੱਕ ਥਾਮੀ ਆਪਾਂ ਕਿਸੇ ਵੀ ਆਪਾਂ ਨੂੰ ਵੀ ਇੱਕ ਕਮਰੇ 'ਚ ਬੰਦ ਕਰ ਦਈਏ ਮੁੜ ਕੇ ਆਪਾਂ ਨਾ ਖੋਲੀਏ ਹਨਾ ਹਰ ਵਕਤ ਸੰਗਲੀ ਪਾ ਕੇ ਰੱਖਣੀ ਜਾਂ ਬੰਨ ਕੇ ਰੱਖਣਾ ਇੱਕ ਥਾਮੇ ਉਹ ਤਾਂ ਕਰਕੇ ਕਾਊਟ ਹੋ ਜਾਂਦਾ ਜੇ ਆਪਾਂ ਹੁਣ ਜੇ ਮੈਂ ਦੂਸਰੇ ਕੁੱਤੇ ਵਾਂਗ ਖੁੱਲ੍ਹੇ ਰੱਖਦੇ ਉਹਨਾਂ ਨੂੰ ਘਰੇ ਆਪਦੇ ਫਰੈਂਡਲੀ ਤੌਰ 'ਤੇ ਜਿਵੇਂ ਵਧੀਆ ਉਹਨਾਂ ਚੌੜ ਲਾੜ ਕਰਦੇ ਹਾਂ ਕੁਛ ਵੀ ਨਹੀਂ ਕਹਿੰਦਾ ਜੀ ਕੋਈ ਵੀ ਕੁੱਤਿਆਂ ਨਸਲ ਲੇਕਿਨ ਪ੍ਰਸ਼ਾਸਨ ਵੱਲੋਂ ਤਾਂ ਕਿਹਾ ਗਿਆ ਕਿ ਹੁਣ ਜੇਕਰ ਕਿਤੇ ਵੀ ਇਸ ਨਸਲ ਦੇ ਕੁੱਤੇ ਪਾਏ ਗਏ ਤਾਂ ਕਾਰਵਾਈ ਹੋਊਗੀ ਨਹੀਂ ਉਹੀ ਗੱਲ ਕਹਿੰਦਾ ਵੀ ਇਹ ਤਾਂ ਪੂਰੀ ਜਾਂਚ ਗੌਰ ਕਰੀ ਜਾਵੇ ਜੇ ਹੁਣ ਅਜੇ ਹੁਣ ਜਿਵੇਂ ਕਹਿੰਦੇ ਨੇ ਇੱਕ ਮੈਚ ਸਾਰੇ ਮੈਚਾਂ ਨੂੰ ਲਬੇੜਦੇ ਆ ਪੂਸਾ ਮਾਰ ਮਾਰ ਉਹੀ ਕੰਮ ਆ ਜੇ ਹੁਣ ਇੱਕ ਨਾ ਤਾਂ ਹੋ ਗਿਆ ਤਾਂ ਇਸ ਲੋੜ ਥੋੜਾ ਵੀ ਹੁਣ ਵੀ ਸਾਰੇ ਉਦਾਂ ਹੀ ਨੇ ਹੁਣ ਤੁਹਾਡੇ ਸਾਹਮਣੇ ਆ ਸਾਡੇ ਲੱਭੀ ਫਿਰ ਰਿਹਾ ਤੁਸੀਂ ਵੀ ਸਾਡੇ ਕੋਲ ਖੜੇ ਹੋ ਤੁਹਾਨੂੰ ਕੋਈ ਇਹਨਾਂ ਨੇ ਕੁਝ ਕਿਹਾ ਹੁਣ ਜੇ ਤੁਸੀਂ ਅਗਰ ਪ੍ਰਸ਼ਾਸਨ ਨੇ ਫੈਸਲਾ ਕਰਿਆ ਅਗਰ ਤੁਸੀਂ ਵੇਚਣੇ ਹੋਣ ਤਾਂ ਤੁਹਾਨੂੰ ਘਾਟਾ ਬਹੁਤ ਪਏਗਾ ਕਿੰਨੇ ਮਹਿੰਗੇ ਹੋਣ ਹੁਣ ਜੇ ਬੈਨ ਕਰਤੇ ਵੀਰੇ ਫਿਰ ਇਹਨਾਂ ਨੂੰ ਲਊ ਵੀ ਕਿਉਂ ਫਿਰ ਜੇ ਹੁਣ ਵੀ ਇਹਨਾਂ ਨੂੰ ਪਿੰਡ 'ਚ ਛੱਡਾਂਗੇ ਜਾਂ ਹੋਰ ਕਰਾਂਗੇ ਕਿਤੇ ਤਾਂ ਦੇਣੀ ਪੈਣਗੇ ਇਹ ਫਿਰ ਵੀ ਇਹ ਤਾਂ ਉੱਡੀ ਹੈ ਗੱਲ ਆ ਜੀ ਉਹਦੇ ਨਾਲ ਤਾਂ ਵਧੀਆ ਜਿੱਥੇ ਹੁਣ ਹੈਗੇ ਇਹ ਉੱਥੇ ਹੀ ਰਹਿਣ ਕਿੰਨੇ ਕੁ ਮਹਿੰਗੇ ਨਸਲ ਆ ਜੀ ਮਹਿੰਗੇ ਤਾਂ ਵੀਰੇ ਐਂ ਲਾ ਲਓ ਵੀ ਆਹ ਬੱਚਾ ਸੀ ਨੇ ਲੈਤਾ ਸੀ 1,00,000 ਰੁਪਏ ਦਾ ਜੀ ਇੱਕ ਸਾਡੇ ਲੋਕ ਪਹਿਲਾਂ ਸੀ ਉਹ ਅਸੀਂ ਸੇਲ ਕਰਤਾ ਸੀ ਉਹ ਅਸੀਂ 2,00,000 ਦਾ ਲੈਤਾ ਸੀ ਤੁਸੀਂ ਬਾਕੀ ਹੁਣ ਤੁਸੀਂ ਲਾ ਲਓ ਵੀ ਬੱਚਾ ਵੀ ਇਹਦਾ ਮੰਨ ਕੇ ਚਲੋ 35,000-40,000 ਪਲੱਸ ਵਿਕਦਾ ਜੇ ਹੁਣ ਤੁਸੀਂ ਐਂ ਲਾ ਲਓ 1,00,000 ਰੁਪਏ ਦਾ ਲੈ ਕੇ ਸਾਨੂੰ ਐਂ ਛੱਡਣਾ ਪੈ ਗਿਆ ਦੇਖ ਲਓ ਤੁਸੀਂ ਜਿਸ ਤਰ੍ਹਾਂ ਹੈ 2021 ਜੁਲਾਈ 2021 ਦੇ ਵਿੱਚ ਉਹ ਡਾਇਰੈਕਟਰ ਆਪਣੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਕੰਸਰਨ ਹੈਗੇ ਰਿਗਾਰਡਿੰਗ ਜਿਹੜੇ ਫੈਰੋਸ਼ੀਅਸ ਡੋਗਸ ਹੁੰਦੇ ਨੇ ਜਿਹੜੇ ਥੋੜ੍ਹੇ ਹਾਰਮ ਕਰ ਸਕਦੇ ਹੈ ਇਸ ਤਰ੍ਹਾਂ ਦਾ ਉਹਦੇ 'ਚ ਗਾਈਡਲਾਈਨ ਸੀਗੀ ਆ ਅਸੀਂ ਉਹਦੇ ਮੱਦੇਨਜ਼ਰ ਜਿਹੜਾ ਹੈਗਾ ਇੱਕ ਔਰਡਰ ਇਸ਼ੂ ਕੀਤਾ ਜਿਹਦੇ ਵਿੱਚ ਸਾਰੇ ਡੋਗਸ ਨਹੀਂ ਹੈਗੇ ਇਹ ਪਹਿਲਾਂ ਹੀ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ ਜੀ ਸਾਰੇ ਡੋਗਸ ਇਹਦੇ 'ਚ ਕਵਰ ਨਹੀਂ ਹੈ ਜਿਹੜੇ ਹਾਊਸਹੋਲਡ ਡੋਗਸ ਹੈਗੇ ਜਿਹੜੇ ਨਿਊਟਰਲ ਡੋਗਸ ਹੈਗੇ ਇਸ ਤਰ੍ਹਾਂ ਦੇ ਡੋਗਸ ਇਹਦੇ 'ਚ ਕਵਰ ਨਹੀਂ ਹੈ ਜਿਹੜੇ ਫੈਰੋਸ਼ੀਅਸ ਡੋਗ ਹੈ ਜਿਵੇਂ ਕਿ ਪਿਟ ਬੁੱਲ ਹੋ ਗਏ ਅਮੈਰੀਕਨ ਬੁਲੀਜ਼ ਹੋ ਗਏ ਬੁਲੀ ਡੋਗਸ ਹੋ ਗਏ ਔਰ ਅਮੈਰੀਕਨ ਪਿਟ ਬੁੱਲ ਡੋਗਸ ਹੋ ਗਏ ਇਸ ਤਰ੍ਹਾਂ ਦੇ ਜਿਹੜੇ ਹੈਗੇ ਡੋਗਸ ਇਹਦੇ ਵਿੱਚ ਅਸੀਂ ਇਸ 44 ਦੇ ਆਰਡਰ ਵਿੱਚ ਕਵਰ ਕੀਤੇ ਹੈ ਸਿਰਫ ਜੇਕਰ ਗੱਲ ਕੀਤੀ ਜਾਵੇ ਅਮਰੀਕਨ ਬੁਲੀ ਦੇ ਮਾਲਕ ਬਹੁਤ ਸ਼ਾਂਤ ਨਹੀਂ ਜੇ ਇਸ ਤਰ੍ਹਾਂ ਦਾ ਹੈਗਾ ਤਾਂ ਡੈਫੀਨੇਟਲੀ ਮੇਰੇ ਧਿਆਨ ਮੈਨੂੰ ਇਹ ਨਹੀਂ ਪਤਾ ਕਿ ਇਹ ਕਿੰਨਾ ਫੈਰੋਸ਼ੀਅਸ ਹੈ ਜਾਂ ਨਹੀਂ ਹੈ ਬਟ ਐਸ ਪਰ ਜਿਹੜਾ ਹੈਗਾ ਲੈਟਰ ਇਟ ਇਜ਼ ਅ ਇਟ ਕਮਸ ਅੰਡਰ ਦੈਟ ਕੈਟੇਗਰੀ ਤੇ ਅਸੀਂ ਐਗਜ਼ਾਮਿਨ ਕਰ ਲੈਨੇ ਨਾਟ ਐਨ ਇਸ਼ੂ ਐਸ ਪਰ ਰੂਲਸ ਕੀਤਾ ਜਾਵੇ ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਜੋਤੀ ਸਮਰਾਟ ਪੰਡਿਤ ਤੁਲਸੀਦਾਸ ਜੀ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ ਸੋਧਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਇਮੀਗ੍ਰੇਸ਼ਨ ਮਸਲੇ ਕਰਜ਼ਾ ਮੁਕਤੀ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਪਾਓ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98147 56620